ਅੱਜ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਲਗਭਗ 17,000 ਵੋਟ ਆ ਜਿਹੜੀ ਤੁਸੀਂ ਮੈਨੂੰ ਪਾਈ ਆ। ਸੋ ਇਸ ਇਮਾਨਦਾਰੀ, ਇਸ ਸੱਚਾਈ 'ਤੇ ਤੁਸੀਂ ਮੇਰੀ 'ਤੇ ਮੋਹਰ ਲਾਈ ਆ। ਸੋ ਮੈਂ ਦਿਲ ਦੀਆਂ ਗਹਿਰਾਈਆਂ 'ਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਦੀਪ ਪਾਠ, ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਸਮੁੱਚੇ ਹਲਕਾ ਵਾਸੀਆਂ ਦਾ, ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਸੱਚ ਅਤੇ ਇਮਾਨਦਾਰੀ ਦੀ ਲੜਾਈ 'ਚ ਮੇਰਾ ਬਹੁਤ ਸਾਥ ਦਿੱਤਾ। ਅੱਜ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਲਗਭਗ 17,000 ਵੋਟ ਆ ਜਿਹੜੀ ਤੁਸੀਂ ਮੈਨੂੰ ਪਾਈ ਆ। ਸੋ ਇਸ ਇਮਾਨਦਾਰੀ, ਇਸ ਸੱਚਾਈ 'ਤੇ ਤੁਸੀਂ ਮੇਰੀ 'ਤੇ ਮੋਹਰ ਲਾਈ ਆ। ਸੋ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਸਾਰੇ ਸਾਡੇ, ਕਿਉਂਕਿ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨਾਲ ਮੈਂ ਲੜ ਰਿਹਾ ਸੀ, ਦੇਖੋ ਉਹਨਾਂ ਕੋਲ ਮਨੀ ਪਾਵਰ ਵੀ ਸੀ, ਉਹਨਾਂ ਕੋਲ ਮਸਲ ਪਾਵਰ ਵੀ ਸੀ। ਤੁਸੀਂ ਦੇਖਿਆ ਇਲੈਕਸ਼ਨਾਂ 'ਚ ਵੀਡੀਓਜ਼ ਵੀ ਆਈਆਂ ਵੀ ਕਿਵੇਂ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਪੈਸਾ ਵੰਡ ਰਹੇ ਸੀ, ਕਿਵੇਂ ਪਾਰਟੀਆਂ ਦੇ ਕਈ ਆਗੂ ਨੇ ਜਿਨ੍ਹਾਂ ਦੇ PA ਕੋਲ ਲੱਖਾਂ ਦੀ ਗਿਣਤੀਆਂ 'ਚ ਪੈਸੇ ਬਰਾਮਦ ਹੋਏ। ਸੋ ਇਹ ਜਿਹੜੀਆਂ ਚੀਜ਼ਾਂ, ਇਹ ਜਿਹੜੇ ਘਟਨਾਕ੍ਰਮ ਹੋਏ, ਇਹ ਤੁਸੀਂ ਸਾਰੇ ਇਸ ਤੋਂ ਭਲੀ ਭਾਤੀ ਜਾਣੂ ਹੋ। ਸੋ ਇਹਨਾਂ ਹਾਲਾਤਾਂ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ 'ਚ ਮੈਨੂੰ ਜੋ ਵੋਟਾਂ ਪਾਈਆਂ ਨੇ, ਸੋ ਮੈਂ ਸਮਝਦਾ ਮੈਂ ਤੁਹਾਡਾ ਅਤੀ ਰਿਣੀ ਹਾਂ, ਹਮੇਸ਼ਾ ਰਿਣੀ ਰਹੂੰਗਾ। ਅਤੇ ਮੈਂ ਸਾਰੇ ਸਾਡੇ ਵਰਕਰ ਭਰਾਵਾਂ ਦਾ, ਜਿਨ੍ਹਾਂ ਨੇ ਮੇਰਾ ਅਣਥੱਕ ਮਿਹਨਤ, ਜਿਹੜੀ ਜਿਨ੍ਹਾਂ ਨੇ 20 ਦਿਨ 22 ਦਿਨ ਮਿਹਨਤ ਕੀਤੀ ਆ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਕਿਉਂਕਿ ਸੱਤਾਧਾਰੀ ਧਿਰ ਵੱਲੋਂ ਉਹਨਾਂ 'ਤੇ ਬੜਾ ਪ੍ਰੈਸ਼ਰ ਪਾਇਆ ਜਾਂਦਾ ਸੀ। ਇਹ ਗੱਲਾਂ ਮੈਂ ਪਹਿਲਾਂ ਨਹੀਂ ਕੀਤੀਆਂ, ਅੱਜ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ, ਕਿਉਂਕਿ ਜਦੋਂ ਕੋਈ ਉਹ ਪ੍ਰੋਗਰਾਮ ਕਰਵਾਉਂਦੇ ਸੀ ਤਾਂ ਸੱਤਾਧਾਰੀ ਧਿਰ ਦੇ ਆਗੂ ਉਹਨਾਂ ਦੇ ਘਰ ਪਹੁੰਚ ਜਾਂਦੇ ਸੀ। ਪਰ ਇੰਨੇ ਪ੍ਰੈਸ਼ਰ ਦੇ ਬਾਵਜੂਦ ਉਹਨਾਂ ਨੇ ਜੋ ਮੇਰਾ ਸਿਦਕ ਦੇ ਨਾਲ, ਜਿਹੜਾ ਉਹਨਾਂ ਨੇ ਦ੍ਰਿੜਤਾ ਦੇ ਨਾਲ ਮੇਰਾ ਸਾਥ ਦਿੱਤਾ, ਮੈਂ ਸਮਝਦਾ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ, ਧੰਨਵਾਦੀ ਰਹੂੰਗਾ। ਅਤੇ ਇਹਨਾਂ ਹਾਲਾਤਾਂ ਦੇ ਬਾਵਜੂਦ ਅੱਜ ਜੋ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਅੱਜ ਬਰਨਾਲੇ ਦੇ ਹਲਕੇ ਲੋਕਾਂ ਨੇ ਫਤਵਾ ਦਿੱਤਾ, ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਅਤੇ ਉਮੀਦ ਕਰਦਾ ਵੀ ਉਹ ਬਰਨਾਲੇ ਦੇ ਲੋਕਾਂ ਲਈ, ਹੱਕ ਅਤੇ ਸੱਚ ਲਈ ਉਹ ਵੀ ਹਮੇਸ਼ਾ ਖੜਨਗੇ, ਅਤੇ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ। ਸੋ ਮੈਂ ਸਾਰੇ ਬਰਨਾਲਾ ਹਲਕਾ ਵਾਸੀਆਂ ਦਾ ਧੰਨਵਾਦ ਕਰਦਾ, ਅਤੇ ਆਉਣ ਵਾਲੇ ਦਿਨਾਂ 'ਚ ਆਪਾਂ ਸਾਰੇ ਪਿੰਡਾਂ 'ਚ, ਸਾਰੇ ਵਾਰਡਾਂ 'ਚ ਆਪਾਂ ਧੰਨਵਾਦੀ ਦੌਰਾ ਵੀ ਕਰਾਂਗੇ, ਅਤੇ ਆਪਾਂ ਸਾਰਿਆਂ ਨੂੰ ਮਿਲਾਂਗੇ, ਅਤੇ ਆਪਾਂ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਧੰਨਵਾਦ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਅੱਜ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਲਗਭਗ 17,000 ਵੋਟ ਆ ਜਿਹੜੀ ਤੁਸੀਂ ਮੈਨੂੰ ਪਾਈ ਆ। ਸੋ ਇਸ ਇਮਾਨਦਾਰੀ, ਇਸ ਸੱਚਾਈ 'ਤੇ ਤੁਸੀਂ ਮੇਰੀ 'ਤੇ ਮੋਹਰ ਲਾਈ ਆ। ਸੋ ਮੈਂ ਦਿਲ ਦੀਆਂ ਗਹਿਰਾਈਆਂ 'ਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਦੀਪ ਪਾਠ, ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਸਮੁੱਚੇ ਹਲਕਾ ਵਾਸੀਆਂ ਦਾ, ਬਰਨਾਲਾ ਵਾਸੀਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਸੱਚ ਅਤੇ ਇਮਾਨਦਾਰੀ ਦੀ ਲੜਾਈ 'ਚ ਮੇਰਾ ਬਹੁਤ ਸਾਥ ਦਿੱਤਾ। ਅੱਜ ਜੋ ਨਤੀਜੇ ਆਏ ਆ ਉਹਨਾਂ ਦੇ ਵਿੱਚ ਲਗਭਗ 17,000 ਵੋਟ ਆ ਜਿਹੜੀ ਤੁਸੀਂ ਮੈਨੂੰ ਪਾਈ ਆ। ਸੋ ਇਸ ਇਮਾਨਦਾਰੀ, ਇਸ ਸੱਚਾਈ 'ਤੇ ਤੁਸੀਂ ਮੇਰੀ 'ਤੇ ਮੋਹਰ ਲਾਈ ਆ। ਸੋ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਸਾਰੇ ਸਾਡੇ, ਕਿਉਂਕਿ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਨਾਲ ਮੈਂ ਲੜ ਰਿਹਾ ਸੀ, ਦੇਖੋ ਉਹਨਾਂ ਕੋਲ ਮਨੀ ਪਾਵਰ ਵੀ ਸੀ, ਉਹਨਾਂ ਕੋਲ ਮਸਲ ਪਾਵਰ ਵੀ ਸੀ। ਤੁਸੀਂ ਦੇਖਿਆ ਇਲੈਕਸ਼ਨਾਂ 'ਚ ਵੀਡੀਓਜ਼ ਵੀ ਆਈਆਂ ਵੀ ਕਿਵੇਂ ਪਾਰਟੀਆਂ ਦੇ ਆਗੂ ਨੇ ਜਿਹੜੇ ਉਹ ਪੈਸਾ ਵੰਡ ਰਹੇ ਸੀ, ਕਿਵੇਂ ਪਾਰਟੀਆਂ ਦੇ ਕਈ ਆਗੂ ਨੇ ਜਿਨ੍ਹਾਂ ਦੇ PA ਕੋਲ ਲੱਖਾਂ ਦੀ ਗਿਣਤੀਆਂ 'ਚ ਪੈਸੇ ਬਰਾਮਦ ਹੋਏ। ਸੋ ਇਹ ਜਿਹੜੀਆਂ ਚੀਜ਼ਾਂ, ਇਹ ਜਿਹੜੇ ਘਟਨਾਕ੍ਰਮ ਹੋਏ, ਇਹ ਤੁਸੀਂ ਸਾਰੇ ਇਸ ਤੋਂ ਭਲੀ ਭਾਤੀ ਜਾਣੂ ਹੋ। ਸੋ ਇਹਨਾਂ ਹਾਲਾਤਾਂ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ 'ਚ ਮੈਨੂੰ ਜੋ ਵੋਟਾਂ ਪਾਈਆਂ ਨੇ, ਸੋ ਮੈਂ ਸਮਝਦਾ ਮੈਂ ਤੁਹਾਡਾ ਅਤੀ ਰਿਣੀ ਹਾਂ, ਹਮੇਸ਼ਾ ਰਿਣੀ ਰਹੂੰਗਾ। ਅਤੇ ਮੈਂ ਸਾਰੇ ਸਾਡੇ ਵਰਕਰ ਭਰਾਵਾਂ ਦਾ, ਜਿਨ੍ਹਾਂ ਨੇ ਮੇਰਾ ਅਣਥੱਕ ਮਿਹਨਤ, ਜਿਹੜੀ ਜਿਨ੍ਹਾਂ ਨੇ 20 ਦਿਨ 22 ਦਿਨ ਮਿਹਨਤ ਕੀਤੀ ਆ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਕਿਉਂਕਿ ਸੱਤਾਧਾਰੀ ਧਿਰ ਵੱਲੋਂ ਉਹਨਾਂ 'ਤੇ ਬੜਾ ਪ੍ਰੈਸ਼ਰ ਪਾਇਆ ਜਾਂਦਾ ਸੀ। ਇਹ ਗੱਲਾਂ ਮੈਂ ਪਹਿਲਾਂ ਨਹੀਂ ਕੀਤੀਆਂ, ਅੱਜ ਮੈਂ ਤੁਹਾਡੇ ਨਾਲ ਕਰਨੀਆਂ ਚਾਹੁੰਦਾ, ਕਿਉਂਕਿ ਜਦੋਂ ਕੋਈ ਉਹ ਪ੍ਰੋਗਰਾਮ ਕਰਵਾਉਂਦੇ ਸੀ ਤਾਂ ਸੱਤਾਧਾਰੀ ਧਿਰ ਦੇ ਆਗੂ ਉਹਨਾਂ ਦੇ ਘਰ ਪਹੁੰਚ ਜਾਂਦੇ ਸੀ। ਪਰ ਇੰਨੇ ਪ੍ਰੈਸ਼ਰ ਦੇ ਬਾਵਜੂਦ ਉਹਨਾਂ ਨੇ ਜੋ ਮੇਰਾ ਸਿਦਕ ਦੇ ਨਾਲ, ਜਿਹੜਾ ਉਹਨਾਂ ਨੇ ਦ੍ਰਿੜਤਾ ਦੇ ਨਾਲ ਮੇਰਾ ਸਾਥ ਦਿੱਤਾ, ਮੈਂ ਸਮਝਦਾ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ, ਧੰਨਵਾਦੀ ਰਹੂੰਗਾ। ਅਤੇ ਇਹਨਾਂ ਹਾਲਾਤਾਂ ਦੇ ਬਾਵਜੂਦ ਅੱਜ ਜੋ
ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਅੱਜ ਬਰਨਾਲੇ ਦੇ ਹਲਕੇ ਲੋਕਾਂ ਨੇ ਫਤਵਾ ਦਿੱਤਾ। ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਅਤੇ ਉਮੀਦ ਕਰਦਾ ਵੀ ਉਹ ਬਰਨਾਲੇ ਦੇ ਹੋ ਲੋਕਾਂ ਲਈ ਹੱਕ ਅਤੇ ਸੱਚ ਲਈ ਉਹ ਵੀ ਹਮੇਸ਼ਾ ਖੜਨਗੇ ਅਤੇ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਹਾਂ। ਸੋ ਮੈਂ ਸਾਰੇ ਬਰਨਾਲਾ ਹਲਕਾ ਵਾਸੀਆਂ ਦਾ ਧੰਨਵਾਦ ਕਰਦਾ ਅਤੇ ਆਉਣ ਵਾਲੇ ਦਿਨਾਂ 'ਚ ਆਪਾਂ ਸਾਰੇ ਪਿੰਡਾਂ 'ਚ ਸਾਰੇ ਵਾਰਡਾਂ 'ਚ ਆਪਾਂ ਧੰਨਵਾਦੀ ਦੌਰਾ ਵੀ ਕਰਾਂਗੇ ਅਤੇ ਆਪਾਂ ਸਾਰਿਆਂ ਨੂੰ ਮਿਲਾਂਗੇ ਅਤੇ ਆਪਾਂ ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ।